बहुत दुख भी कटे सुरेंद्र शिंदे जी वर्गे कलाकार कदे पैदा होंगे सदियां बाद पैदा जिते इस कलाकार के चले जाबी गायकी पंजाबी मौसीकी पंजाबी सभ्याचार में पंजाबी मां बोली में ना पूरा होना घट एक लोगों का पंजाबी संगीत जगत दे लेजेंड मन्ने जांदे सुरिंदर छिंदा इस दुनिया नू जिथे अलविदा कह चुके ने उत्थे ही अज उन्हां दा मृतक शरीर जदों घर विखे पहुंचदा तां उन्हां नू चौण वालियां दा तांता किवें भीजियां अखां दे नाल उन्हां नू रुखसत करन दे लई उन्हां दी एक झलक वेखन दे लई उडीक कर रहा है। ये तुसी तस्वीरां दे विच आप ही देख सकते हो ते किसी ने सही आख्या इसका अंदाजा भी तुसी लगा सकते हो कि जदों एक शख्स दुनिया ते आउंदा है ते ओ रोंदा है तां दूसरे हसदे ने पर असल कमाई तां ओही शख्स दी हुंदी है जो आप हसदा होया इस दुनिया तो जांदा है पर उसके पिछे उसनों चौण वालियां दियां अखां भिजियां रहिंदियां ने। सो असल कमाई तां इसे शख्स की वेखी जा सकती है जिसनों असी कह सकते हाँ कि जड़े सुरिंदर छिंदा सी आखिर उन्हां दी लोकां दे दिलां दे विच की अहमियत सी जो कि इस वक्त उन्हां दी एक झलक की उडीक दे लई उन्हां दे घर दे बाहर उन्हां दी अंतिम यात्रा दे लई खड़े ने ते नाल ही जड़ी उन्हां दी गड्डी है उस नूं हाव भाव परो के किस तरीके दे नाल अंतिम विदायगी दे लई सजाया गया है ते उन्हां नूं लजाया जाना है हुण मॉडल टाउन एक्सटेंशन दे शमशान घाट विखे जिथे ओह पंज तत्तां दे विच बहुत ही जल्द ਵਲੀਨ ਹੋ ਜਾਣਗੇ। ਛਿੰਦਾ ਸਾਹਿਬ ਖੜੇ ਬਹੁਤ ਦੁੱਖ ਦੀ ਘੜੀ ਆ ਜੀ ਕਿਉਂਕਿ ਸੁਰਿੰਦਰ ਛਿੰਦਾ ਜੀ ਵਰਗੇ ਕਲਾਕਾਰ ਬਹੁਤ ਦੁੱਖ ਦੀ ਘੜੀ ਆ ਸੁਰਿੰਦਰ ਛਿੰਦਾ ਜੀ ਵਰਗੇ ਕਲਾਕਾਰ ਕਦੇ ਪੈਦਾ ਹੁੰਦੇ ਨੇ ਸਦੀਆਂ ਬਾਅਦ ਪੈਦਾ ਹੁੰਦੇ ਅੱਜ ਬਹੁਤ ਜ਼ਿਆਦਾ ਦੁੱਖ ਹੈ ਜਿੱਥੇ ਇਸ ਕਲਾਕਾਰ ਦੇ ਚਲੇ ਜਾਣ ਨਾਲ ਪੰਜਾਬੀ ਗਾਇਕੀ ਨੂੰ ਪੰਜਾਬੀ ਮੌਸੀਕੀ ਨੂੰ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਮਾਂ ਬੋਲੀ ਨੂੰ ਨਾ ਪੂਰਾ ਹੋਣ ਘੱਟ ਕੇ ਅੱਜ ਹੁਣ ਅਸੀਂ ਦੇਖਦੇ ਹਾਂ ਕਿ ਉਹਨਾਂ ਦੀ ਜਿਹੜੀ ਯਾਤਰਾ ਹੈ ਫੁੱਲਣਾ ਸਜਾਈ ਗਈ ਹੈ ਪਿੱਛੇ ਗਾਇਕੀ ਵੀ ਚੱਲੇਗੀ ਉਹਨਾਂ ਦੀ ਬਿਲਕੁਲ ਬਿਲਕੁਲ ਚੱਲਣੀ ਚਾਹੀਦੀ ਹੈ ਕਿਉਂਕਿ ਉਹਨਾਂ ਦੇ ਬਾਰੇ ਗਾਣੇ ਅੱਛੇ ਅਤੇ ਧਾਰਮਿਕ ਸੀਗੇ ਅਤੇ ਸੱਭਿਆਚਾਰਕ ਔਰ ਮੈਂ ਪਹਿਲਾਂ ਵੀ ਕਿਹਾ ਸੱਭਿਆਚਾਰ ਦਾਇਰੇ ਵਿੱਚ ਕਿਹਾ ਕਿ ਉਹਨਾਂ ਨੇ ਜਿੰਨੇ ਵੀ ਗਾਣੇ ਗਾਏ ਚਾਹੇ ਦੁਗਾਣੇ ਸੀ ਚਾਹੇ ਸੋਲੋ ਗਾਣੇ ਸੀਗੇ ਚਾਹੇ ਕਲਾਸੀਕਲ ਦੇ ਵਿੱਚ ਵੀ ਬਹੁਤ ਮਾਹਰ ਸੀ ਕਿੱਦਾਂ ਰਾਜ ਕਰਦੇ ਸੀ ਉਹ ਤਾਂ ਚੌਵੀ ਹੁਣ ਵੀ ਰਾਜ ਕਰਦੇ ਰਹਿਣਾ ਉਹਨਾਂ ਦੇ ਗਾਣਿਆਂ ਜ਼ਰੀਏ ਉਹਨਾਂ ਦੀ ਫਿਲਮਾਂ ਜ਼ਰੀਏ ਸਿੱਧਰਾਂ ਤਾਂ ਹਮੇਸ਼ਾ ਰਾਜ ਗਾਣਾ ਕਿਉਂਕਿ ਚਲੇ ਜਾਣਗੇ ਪਰ ਚਲੇ ਗਏ ਨੇ ਪਰ ਉਹਨਾਂ ਦੇ ਗੀਤ ਹਮੇਸ਼ਾ ਗੂੰਜਦੇ ਰਹਿਣੇ ਯਾਦ ਰਹਿਣੇ ਤੇ ਜਾਂਦੇ ਜਾਂਦੇ ਸਾਡੇ ਦਰਸ਼ਕ ਤੁਹਾਡੇ ਬੋਲ ਉਹਨਾਂ ਦੇ ਜਿਹੜੇ ਦੋ ਬੋਲ ਆ ਉਹ ਸੁਣਨਾ ਚਾਹਾਂਗੇ ਜਿਹੜੇ ਜਿਹੜੇ ਤੁਹਾਨੂੰ ਯਾਦ ਆਉਂਦੇ ਅੱਜ ਅੱਜ ਦੁੱਖ ਦੀ ਘੜੀ ਦੇ ਵਿੱਚ ਜਿਹੜੇ ਤੁਹਾਨੂੰ ਉਹ ਯਾਦ ਆ ਰਹੇ ਪਲ ਪੁੱਤ ਜੱਟਾਂ ਦੇ ਬਲਾਉਂਦੇ ਬੱਕਰੇ ਨਵਾਂ ਲੈ ਲਿਆ ਟਰੱਕ 3000 ਨੇ ਬਾਬਿਆਂ ਚੱਲ ਚੱਲੀ ਅਸੀਂ ਯਾਰੀਆਂ ਕਮਾਈਆਂ ਉਹਨਾਂ ਦੀ ਗਾਇਕੀ ਨੂੰ ਕਿੱਦਾਂ ਜਿੰਦਾ ਰੱਖੂਗਾ ਗਾਇਕਾਂ ਨੂੰ ਗਾਣੇ ਗਾ ਕੇ ਹਮੇਸ਼ਾ ਯਾਦ ਰੱਖਾਂਗਾ ਉਹਨਾਂ ਨੂੰ ਸਟੇਜਾਂ ਉੱਤੇ ਗਾਵਾਂਗਾ ਇੱਕ ਮਹਿਫਲ ਦਾ ਨਗੀਨਾ ਇੱਕ ਲੋਕਾਂ ਦਾ ਪਿਆਰਾ ਚਹੇਤਿਆਂ ਦਾ ਕਲਾਕਾਰ ਪਰਮਾਤਮਾ ਨੇ ਸਾਥੋਂ ਬਹੁਤ ਛੇਤੀ ਖੋ ਲਿਆ ਹਾਲੇ ਹੁਣ ਵਿਜਾਣ ਦੀ ਉਮਰ ਹੈ ਤੁਸੀਂ ਕਈ ਉਹਨਾਂ ਦੇ ਨਾਲ ਸ਼ੋਅ ਵੀ ਕੀਤੇ ਨੇ ਵਿਦੇਸ਼ਾਂ ਦੇ ਵਿੱਚ ਵੀ ਗਏ ਹੋ ਤਾਂ ਉੱਦਾਂ ਦੀਆਂ ਕਿਹੜੀਆਂ ਯਾਦਾਂ ਜਿਹੜੀਆਂ ਚੇਤੇ ਆ ਦੇਖੋ ਸ਼ੋਅ ਦੇ ਵਿੱਚ ਇਹ ਹੁੰਦਾ ਸ਼ੋਅ ਤਾਂ ਇੱਕ ਆਰਟਿਸਟ ਜਦੋਂ ਆਪਣਾ ਕੰਮ ਕਰਦਾ ਅਤੇ ਦੂਜਾ ਆਰਟਿਸਟ ਅੰਦਰ ਬੈਠਾ ਹੁੰਦਾ ਜਦੋਂ ਉਹ ਕਰਦਾ ਤਾਂ ਦੂਜਾ ਆਰਟਿਸਟ ਅੰਦਰ ਬੈਠਾ ਹੁੰਦਾ ਸ਼ੋਅ ਦੇ ਵਿੱਚ ਕੋਈ ਐਸੀ ਖਾਸ ਗੱਲ ਨਹੀਂ ਹੁੰਦੀ ਹੈ ਵੈਸੇ ਸਾਡਾ ਆਪਸ ਦੇ ਵਿੱਚ ਪ੍ਰੋਪਰ ਬਹੁਤ ਬਿਲਕੁਲ ਜਦੋਂ ਇਕੱਠੇ ਮਿਲਦੇ ਸੀ ਉਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਲੰਮੇ ਸੀਗੇ ਜਿਹੜੇ ਤੁਸੀਂ ਸਾਂਝੇ ਕਰਦੇ ਸੀ ਜਿਸ ਤਰ੍ਹਾਂ ਮਿਲਦੇ ਹੁੰਦੇ ਨੇ ਆਰਟਿਸਟ ਇੱਕ ਦੂਜੇ ਨੂੰ ਕਿਉਂਕਿ ਮੈਥੋਂ ਛੋਟਾ ਸੀਗਾ ਛੋਟੇ ਭਰਾ ਹੋ ਗਿਆ ਸੀਗਾ ਬਹੁਤ ਅਦਬ ਕਰਦਾ ਸੀਗਾ ਮੈਂ ਬਿਮਾਰ ਹੋਣ ਤੋਂ 5-7 ਦਿਨ ਪਹਿਲਾਂ ਮੇਰੇ ਘਰ ਆ ਕੇ ਗਿਆ ਹਾਂਜੀ ਉਸ ਤੋਂ 10 ਦਿਨ ਪਹਿਲਾਂ ਮੈਂ ਇੱਥੇ ਘਰ ਹੋ ਕੇ ਗਿਆ ਮੈਨੂੰ ਬਲਕਿ ਕਿਹਾ ਮੈਂ ਉਹਨੂੰ ਇੱਕ ਗੱਲ ਕਹੀ ਮੈਂ ਕਿਹਾ ਛਿੰਦੇ ਆਹ ਕੰਮ ਬਹੁਤ ਜ਼ਰੂਰੀ ਹੈ ਕਹਿੰਦੇ ਮੈਂ ਕਰ ਦੂੰਗਾ ਇੱਕ ਸ਼ਰਤ ਹੈ ਮੈਂ ਦੱਸੋ ਕੱਲ੍ਹ ਨੂੰ ਘਰੇ ਆਓ ਖਾਣਾ ਖਾਓ ਮੈਂ ਦੂਜੇ ਦਿਨ ਆ ਗਿਆ ਸਰ ਪੇਟ ਦੀ ਇੱਕ ਛੋਟੀ ਜਿਹੀ ਪ੍ਰੋਬਲਮ ਕਰਕੇ ਹਸਪੀਟਲ ਹੋ ਗਏ ਲੇਕਿਨ ਆਹ ਖਬਰ ਆ ਜਾਏਗੀ ਸੋਚਿਆ ਨਹੀਂ ਮੈਂ ਤਾਂ ਮੈਂ ਬਾਹਰ ਸੀਗਾ ਜਦੋਂ ਮੈਨੂੰ ਪਤਾ ਲੱਗਿਆ ਬਈ ਹੁਣ ਵੀ ਆਹ ਪੋਜੀਸ਼ਨ ਹੈ ਮੈਂ ਤਾਂ ਬਾਹਰ ਵੀ ਜਾ ਕੇ ਰੇਡੀਓ 'ਤੇ ਔਰ ਟੈਲੀਵਿਜ਼ਨ 'ਤੇ ਲੋਕਾਂ ਨੂੰ ਕਿਹਾ ਵੀ ਅਰਦਾਸ ਕਰੋ ਸਾਡਾ ਇੱਕ ਬਹੁਤ ਹੀ ਪਿਆਰਾ ਆਰਟਿਸਟ ਹੈ ਜਿਹੜਾ ਇਸ ਵੇਲੇ ਬਹੁਤ ਦੁਬਧਾ 'ਚ ਬਹੁਤ ਜ਼ਿਆਦਾ ਖਤਰਨਾਕ ਬਿਮਾਰੀ ਦੇ ਵਿੱਚ ਇਸ ਵੇਲੇ ਮਤਲਬ ਹੈ ਉਹ ਵੀ ਪਰਮਾਤਮਾ ਕਰੇ ਉਹਦੀ ਜ਼ਿੰਦਗੀ ਲੰਬੀ ਹੋਵੇ ਮੈਂ ਤਾਂ ਬਾਹਰੋਂ ਵੀ ਦੁਆ ਕਰਦਾ ਆਇਆ ਪਰ ਹੁੰਦਾ ਤਾਂ ਉਹੀ ਹੈ ਜੋ ਪਰਮਾਤਮਾ ਨੂੰ ਮਨਜ਼ੂਰ ਹੈ ਅਤੇ ਤੁਸੀਂ ਸਰਕਾਰਾਂ ਦੇ ਵਿੱਚ ਵੀ ਤੁਹਾਡਾ ਹੈ ਸਹਿਯੋਗ ਅਤੇ ਤੁਸੀਂ ਇਹ ਦੱਸੋ ਵੀ ਤੁਸੀਂ ਗਾਇਕ ਦੇ ਲਈ ਛਿੰਦਾ ਜੀ ਦੇ ਲਈ ਕੁਛ ਸੋਚ ਰਹੇ ਹੋ ਵੀ ਸਰਕਾਰ ਦੇ ਅੱਗੇ ਕੋਈ ਫਰਿਆਦ ਕੀਤੀ ਜਾਵੇ ਜਾਂ ਯਾਦਗਾਰ ਕੋਈ ਉਹਨਾਂ ਦੀ ਇਹ ਬਾਅਦ ਦੀਆਂ ਗੱਲਾਂ ਨੇ ਪਹਿਲਾਂ ਜੋ ਕੁਛ ਚਲੇ ਹਾਲੇ ਤਾਂ ਜਦ ਤੱਕ ਦਿਲ ਟਿਕਾਣੇ ਨਹੀਂ ਆਉਂਦਾ ਉਦੋਂ ਤੱਕ ਕੋਈ ਸੋਚ ਨਹੀਂ ਹੈ